ਹੀ ਅਸਲਾਮ ਵਾਲੇਕਮ ਦੋਸਤੋ, ਮੈਂ ਆ ਜ਼ੁਹੇਬ ਔਰ ਤੁਸੀਂ ਦੇਖ ਰਹੇ ਹੋ ਐਗਰੀ ਇਨਫੋ ਪਾਕਿਸਤਾਨ। ਕਿਸਾਨ ਦੋਸਤੋ, ਕੋਰੇ ਦੇ ਭਰਪੂਰ ਸਪੈਲ ਤੋਂ ਬਾਅਦ ਅੱਜ ਅੱਲਾ ਪਾਕ ਦੀ ਰਹਿਮਤ ਆਪਣੇ ਸ਼ਾਮਲੇ ਹੱਲ ਹੋ ਗਈ ਹੈ ਔਰ ਅੱਜ ਬੱਦਲ ਆ ਗਏ ਔਰ ਹਲਕੀ ਬਾਰਿਸ਼ ਵੀ ਸ਼ੁਰੂ ਹੋ ਗਈ ਹੈ। ਇਹਦੇ ਨਾਲ ਨਾਲ ਆਪਾਂ ਨੂੰ ਜਿਹੜਾ ਥੋੜ੍ਹਾ ਰਿਲੀਫ ਮਿਲੂਗਾ ਅਗਰ ਬਾਰਿਸ਼ ਥੋੜ੍ਹੀ ਹੋ ਜਾਂਦੀ ਆ। ਆਪਣੇ ਜਿਹੜੇ ਰਾਏ ਆ ਮਾਸ਼ਾਅੱਲਾ ਉਹ ਬੜੀ ਬਿਹਤਰੀਨ ਹਾਲਤ ਦੇ ਵਿੱਚ ਆ ਔਰ ਅਗਰ ਫਲੀ ਦੀ ਗੱਲ ਕਰੀਏ ਬੜੀ ਬਿਹਤਰੀਨ ਜਾ ਰਹੀ ਹੈ। ਓਵਰਆਲ ਬੜੀ ਮੋਟਾ ਸਾਈਜ਼ ਬਣ ਰਿਹਾ ਔਰ ਬੜੀ ਬਿਹਤਰੀਨ ਆ। ਇਹਦੇ ਨਾਲ ਨਾਲ ਆਪਣੇ ਜਿਹੜੇ ਗੰਦਮ ਆ, ਖਾਸ ਕਰਕੇ ਜਿਹੜੇ ਆਪਣੇ ਪੱਠੇ ਆ ਚਾਰਾ ਜਾਤ ਆ, ਉਹਨਾਂ ਲਈ ਬੜਾ ਰਿਲੀਫ ਮਿਲੇਗਾ ਕਿਉਂਕਿ ਕੋਰਾ ਕੁਛ ਘੱਟ ਜਾਏਗਾ। ਬਾਰਿਸ਼ ਹੋ ਗਈ ਅਤੇ ਆਪਣੇ ਜਿਹੜਾ ਫ੍ਰੀ ਜਿਹੜੀਆਂ ਚੀਜ਼ਾਂ ਆਪਾਂ ਨੂੰ ਬਾਰਿਸ਼ ਦੇ ਨਾਲ ਥੋੜ੍ਹੀਆਂ ਮਿਲਣਗੀਆਂ, ਪਾਣੀ, ਯੂਰੀਆ, ਸਲਫਰ, ਉਹਦੇ ਵਿੱਚ ਆਪਾਂ ਜਿਹੜੀਆਂ ਫਸਲਾਂ ਆਪਣੀਆਂ ਦੁਬਾਰਾ ਗਰੋਥ ਨੂੰ ਜਾਣਗੀਆਂ, ਖਾਸ ਕਰਕੇ ਗੰਦਮ। ਕੋਰੇ ਦਾ ਵੀ ਫਾਇਦਾ ਗੰਦਮ ਨੂੰ ਹੁੰਦਾ ਲੇਕਿਨ ਉਸ ਤੋਂ ਬਾਅਦ ਬਾਰਿਸ਼ ਦਾ ਵੀ ਭਰਪੂਰ ਫਾਇਦਾ ਹੋਏਗਾ ਇਨਸ਼ਾਅੱਲਾ। ਅਗਰ ਆਪਾਂ ਆਪਣੇ ਰਾਏ ਦੀ ਗੱਲ ਕਰੀਏ ਤਾਂ ਰਾਇਆ ਆਪਣਾ ਮੁਕੰਮਲ ਤੌਰ 'ਤੇ ਝੁਕ ਚੁੱਕਿਆ ਔਰ ਇੱਕਾ ਦੁੱਕਾ ਜਿਹੜੀ ਆ ਦੁਬਾਰਾ ਫੋਟ ਦੀ ਜਿਹੜੀ ਆ ਫੁੱਲ ਫਲਾਵਰਿੰਗ ਆ ਉਹੀ ਆਪਾਂ ਨਜ਼ਰ ਆਉਂਦੀ ਆ। ਬਾਕੀ ਓਵਰਆਲ ਆਪਣਾ ਜਿਹੜਾ ਰਾਇਆ ਉਹ ਮਾਸ਼ਾਅੱਲਾ ਬੜਾ ਬਿਹਤਰੀਨ ਆ। ਔਰ ਅਗਰ ਮੌਸਮ ਦੀ ਗੱਲ ਕਰੀਏ ਪ੍ਰੈਡਿਕਸ਼ਨ ਹੈਗੀ ਆ ਬਾਰਿਸ਼ ਦੀ ਇੱਕ ਦੋ ਦਿਨ ਦੇ ਵਿੱਚ ਵਿੱਚ, ਅਗਰ ਬਾਰਿਸ਼ ਥੋੜ੍ਹੀ ਅੱਛੀ ਹੋ ਜਾਂਦੀ ਆ ਅਤੇ ਖੁਸ਼ਕ ਜਿਹੜੀ ਸਰਦੀ ਆ ਉਹਦੇ ਘੱਟ ਜਾਏਗੀ ਔਰ ਆਪਣੀਆਂ ਫਸਲਾਂ 'ਤੇ ਵੀ ਜਿਹੜਾ ਬਾਰਿਸ਼ ਦਾ ਇੱਕ ਮੁਸਬਤ ਅਸਰ ਹੋਏਗਾ ਔਰ ਜਿਹੜੇ ਆਪਣੇ ਲੇਟ ਕਾਸ਼ਤਾ ਰਾਏ ਆ ਅਗਰ ਹਵਾ ਨਹੀਂ ਚੱਲਦੀ ਤਾਂ ਉਹਨਾਂ ਨੂੰ ਵੀ ਭਰਪੂਰ ਫਾਇਦਾ ਹੋਏਗਾ। ਅਗਰ ਹਵਾ ਚੱਲ ਗਈ ਔਰ ਰਾਏ ਜਿਹੜੇ ਆ ਥੋੜ੍ਹਾ ਗਿਰਨ ਦਾ ਵੀ ਖਦਸ਼ਾ ਉਹਦੇ ਨਾਲ ਨਾਲ, ਸੋ ਇਸ ਕਰਕੇ ਕਿਸਾਨ ਵੀਰਾਂ ਨੂੰ ਚਾਹੀਦਾ ਅਗਰ ਉਹ ਆਪਾਸ਼ੀ ਕਰ ਰਿਹਾ ਤਾਂ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਆਪਣੀ ਜਿਹੜੀ ਆਪਾਸ਼ੀ ਉਹ ਕਰਨ ਤਾਂ ਕਿ ਜਿਹੜੀ ਆ ਆਪਣੀ ਜਿਹੜੀ ਮਿਹਨਤ ਆ ਉਹ ਆਪਣੀ ਥੋੜ੍ਹੀ ਜਿਹੀ ਲਾ ਇਲਮੀ ਜਾਂ ਬੇਹਤਿਆਤੀ ਜਿਹੜੀ ਆ ਉਹਦੇ ਨਾਲ ਜ਼ਾਇਆ ਨਾ ਹੋ ਜਾਵੇ। ਅਤੇ ਉਸ ਤੋਂ ਬਾਅਦ ਆਪਾਂ ਆਪਣੀ ਜਿਹੜੀ ਆ ਫਸਲ ਆ ਉਹ ਭਰਪੂਰ ਹਾਸਲ ਕਰਨ ਦੀ ਕੋਸ਼ਿਸ਼ ਕਰੀਏ, ਆਪਣੀ ਜਿਹੜੀ ਮਿਹਨਤ ਦਾ ਜਿਹੜਾ ਸਮਰ ਆ ਫਲ ਆ ਉਹ ਚੁੱਕੀਏ। ਸੋ ਕਿਸਾਨ ਵੀਰੋ, ਆਪਾਂ ਤਾਂ ਕਰ ਰਹੇ ਹਾਂ ਮੌਸਮ ਇੰਜੋਏ, ਉਹਦੇ ਨਾਲ ਨਾਲ ਆਪਾਂ ਤੁਹਾਨੂੰ ਆਪਣੇ ਰਾਏ ਦੀ ਆ ਉਹ ਆਪਾਂ ਤੁਹਾਨੂੰ ਫੁਟੇਜ ਦਿਖਾ ਰਹੇ ਹਾਂ। ਮਾਸ਼ਾਅੱਲਾ ਬੜਾ ਅੱਛਾ ਜਾ ਰਿਹਾ, ਘਰ ਦਾ ਬੀਜ ਤਿਆਰ ਕੀਤਾ ਹੋਇਆ, ਕਈ ਸਾਲਾਂ ਤੋਂ ਇੱਕੋ ਹੀ ਬੀਜ ਇਸਤੇਮਾਲ ਕਰ ਰਹੇ ਹਾਂ ਔਰ ਅਗਰ ਆਪਾਂ ਨੀਚੇ ਤੋਂ ਲਾ ਕੇ ਉੱਪਰ ਦੀ ਆਪਾਂ ਵਿਊ ਦਿਖਾਈਏ ਤੁਹਾਨੂੰ ਤਾਂ ਬੜਾ ਬਿਹਤਰੀਨ ਆ। ਪਿਛਲੇ ਸਾਲ ਵੀ 32+ ਸੀਗਾ, ਐਜ਼ ਦਫਾ ਵੀ ਇਨਸ਼ਾਅੱਲਾ ਇਹੀ ਸੂਰਤ ਹਾਲ ਇਨਸ਼ਾਅੱਲਾ ਬਰਕਰਾਰ ਰਹੇਗੀ ਔਰ ਉਮੀਦ ਹੈ 32 ਤੋਂ ਉੱਪਰ ਹੀ ਜਾਏਗਾ। ਅਗਰ ਆਪਾਂ ਇਹਦੀ ਮੌਜੂਦਾ ਗੱਲ ਕਰੀਏ, ਇਹਦੀ ਮੌਜੂਦਾ ਸੂਰਤ ਹਾਲ ਦੇਖਦੇ ਹੋਇਆਂ ਬੜਾ ਬਿਹਤਰੀਨ ਜਾ ਰਿਹਾ ਮਾਸ਼ਾਅੱਲਾ। ਸੋ ਕਿਸਾਨ ਵੀਰੋ, ਇਹਨੂੰ ਆਪਾਂ ਜਿਹੜੀ ਖਾਦ ਇਸਤੇਮਾਲ ਕੀਤੀ ਆ ਉਹ ਪੋਟਾਸ਼, DAP ਔਰ ਸਿਰਫ ਅੱਧਾ ਬੈਗ ਯੂਰੀਆ ਔਰ ਜਦ ਤੱਕ ਇਹਦੇ ਫੁੱਲ ਆਉਂਦਾ ਰਹੇ ਉਸ ਵਕਤ ਤੱਕ ਆਪਾਂ ਸਿਰਫ ਇਹਨੂੰ 3 ਪਾਣੀ ਦਿੱਤੇ, ਉਸ ਤੋਂ ਬਾਅਦ ਇਹਦਾ ਪਾਣੀ ਜਿਹੜੇ ਮੁਕੰਮਲ ਬੰਦ ਕਰ ਦਿੱਤੇ ਔਰ ਅਗਲੀ ਸਟੇਜਿਸ 'ਤੇ ਚਲਾ ਗਿਆ ਇਹ ਔਰ ਹੁਣ ਇਸੇ ਤਰ੍ਹਾਂ ਆਪਾਂ ਨੂੰ ਹਾਰਵੈਸਟ ਕਰਨਾ। ਹਾਰਵੈਸਟ ਕਰਨ ਤੋਂ ਬਾਅਦ ਆਪਾਂ ਨੂੰ ਇਹਦਾ ਜਿਹੜਾ ਝਾੜ ਆ ਉਹ ਆਪਣੀਆਂ ਜਿਹੜੀਆਂ ਜਦੋਂ ਤਲਾਈ ਹੋ ਗਈ ਅਤੇ ਸਾਹਮਣੇ ਆ ਜਾਣਾ। ਅਗਰ ਗੱਲ ਕਰੀਏ ਅੰਦਾਜ਼ਾ ਲਗਾਈਏ ਪਿਛਲੇ ਸਾਲ ਦਾ ਜਿਹੜੀ ਫਸਲ ਆ ਉਹਦੇ ਨਾਲ, ਅਤੇ ਇਸ ਦਫ਼ਾ ਪਿਛਲੇ ਸਾਲ ਨਾਲੋਂ ਕਾਫ਼ੀ ਜਿਹੜੀ ਇਹਦੀ ਰਾਏ ਦੀ ਜਿਹੜੀ ਹੈਗੀ ਆ ਫਸਲ ਆ ਉਹ ਭਾਰੀ ਨਜ਼ਰ ਆਉਂਦੀ ਆ ਔਰ ਭਾਰੀ ਹੋਣ ਦੀ ਬਿਨਾਹ 'ਤੇ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਇਨਸ਼ਾਅੱਲਾ ਇਹ 35 ਤੱਕ ਇਹਦੀ ਜਿਹੜੀ ਆ ਫੀ ਏਕੜ ਐਵਰੇਜ ਹੋ ਜਾਏਗੀ। ਸੋ ਕਿਸਾਨ ਦੋਸਤੋ, ਵੀਡੀਓ ਦੇਖਣ ਦਾ ਸ਼ੁਕਰੀਆ, ਥੈਂਕਸ।